ਅੱਜ ਬਟਾਲਾ ਵਿਖੇ ਬਟਾਲੇ ਦੇ ਜਰਨਲਿਸਟਿਕ ਐਸੋਸੀਏਸ਼ਨ ਵੱਲੋਂ ਅਤੇ ਇੱਕ ਸਮਾਜ ਸੇਵੀ ਸੰਸਥਾ ਹੈ ਜਨ ਕਲਿਆਣ ਟਰੱਸਟ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਬਿਲਾਸ਼ੀ ਸੰਸਥਾ ਜਿਹੜੀ ਸਵਰਗਵਾਸੀ ਜਹੇਦਾਰ ਕੁਲਦੀਪ ਸਿੰਘ ਬਟਾਲਾ ਜੀ ਨੇ ਬਣਾਈ ਸੀ, ਜਿਸ ਸੰਸਥਾ ਵੱਲੋਂ ਲਗਾਤਾਰ 2001 ਤੋਂ ਲੈ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਅਰਦਾਸਾਂ ਕੀਤੀਆਂ ਗਈਆਂ ਸਨ, ਉਸ ਨੂੰ ਸਨਮਾਨ ਕਰਨ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਬਟਾਲੇ ਵਿਖੇ ਸਮਾਗਮ ਰੱਖਿਆ ਗਿਆ DAV ਕਾਲਜ ਵਿੱਚ। ਅਤੇ ਮੈਂ ਆਪਣੇ ਵੱਲੋਂ, ਸਾਰੀ ਸੰਸਥਾ ਵੱਲੋਂ, ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਬਿਲਾਸ਼ੀ ਸੰਸਥਾ ਬਟਾਲਾ ਸਾਹਿਬ ਦੇ ਸਾਰੇ ਸਾਥੀਆਂ ਵੱਲੋਂ, ਵਿਸ਼ੇਸ਼ ਤੌਰ 'ਤੇ ਜਿੰਨੇ ਵੀ ਪੱਤਰਕਾਰ ਭਾਈਚਾਰਾ ਸਾਰੇ ਵੀਰ ਆਏ ਨੇ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਹੋਰ ਜਿੰਨੇ ਵੀ ਜਰਨਲਿਸਟ ਆਏ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਆਭਾਰੀ ਹਾਂ, ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਸੰਗਤ ਦੀ ਇੱਛਾ ਦੇ ਮੁਤਾਬਕ ਇਸ ਗੱਲ ਨੂੰ ਸਵੀਕਾਰਿਆ ਕਿ ਬਟਾਲਾ ਸਾਹਿਬ ਵੱਲੋਂ ਅਤੇ ਉਹਨਾਂ ਦੀ ਸੰਸਥਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਗਿਆ, ਜਿਹੜਾ ਕਿ ਲਾਂਘਾ ਬਹੁਤ ਛੇਤੀ ਖੁੱਲ੍ਹਣ ਜਾ ਰਿਹਾ ਹੈ, ਜਿਸ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਦੋਨਾਂ ਸਰਕਾਰਾਂ ਨੇ ਐਲਾਨ ਕਰਤਾ ਅਤੇ ਦੋਨੇ ਪਾਸੇ ਨੀਂਹ ਪੱਥਰ ਵੀ ਰੱਖਿਆ ਗਿਆ। ਨਾਲ ਨਾਲ ਜਿਹੜੀ ਜਨ ਕਲਿਆਣ ਟਰੱਸਟ ਆ, ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਉਲੀਕਿਆ। ਦੇਖੋ ਜੀ, ਸਰਕਾਰਾਂ ਜਦੋਂ ਆਪਣੇ ਪ੍ਰੋਗਰਾਮ ਰੱਖਦੀਆਂ ਨੇ ਤਾਂ ਕਈ ਵਾਰੀ ਕਈ ਗੱਲਾਂ 'ਚੋਂ ਸਰਕਾਰਾਂ ਕੁਤਾਹੀ ਕਰ ਜਾਂਦੀਆਂ, ਪਰ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਹੜੀ ਆਵਾਜ਼ ਲੋਕਾਂ ਦੇ ਵਿੱਚੋਂ ਨਿਕਲ ਕੇ ਆਵੇ, ਜਿਵੇਂ ਆਪਾਂ ਕਹਿੰਦੇ ਆਵਾਜ਼ੇ ਕੌਮ ਖੁਦਾਏ ਹਲਕ, ਇਹ ਸੰਗਤ ਦੀ ਆਵਾਜ਼ ਸੀ। ਪਹਿਲਾਂ ਤਾਂ ਕਹਾਂਗੇ ਕਿ ਗੁਰੂ ਨਾਨਕ ਨਾਮ ਲੈਵਾ ਸੰਗਤ ਦੀਆਂ ਅਰਦਾਸਾਂ ਸੁਣੀਆਂ ਗਈਆਂ, ਉਹਦੇ ਵਿੱਚ ਸਭ ਨੇ ਕੀਤੀਆਂ ਅਰਦਾਸਾਂ 1952 ਤੋਂ ਲੈ ਕੇ ਹੁਣ ਤੱਕ। ਅਤੇ ਬਟਾਲਾ ਸਾਹਿਬ ਨੇ ਚਲੋ ਇਸ ਮਿਸ਼ਨ ਨੂੰ ਅਪਣਾ ਕੇ ਉਹਨੂੰ ਇੱਕ ਇਸ਼ੂ ਬਣਾ ਦਿੱਤਾ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦਾ। ਉਦਣ ਸਰਕਾਰ ਵੱਲੋਂ ਨਹੀਂ ਇਸ ਸੰਸਥਾ ਦਾ ਜ਼ਿਕਰ ਹੋਇਆ ਜਾਂ ਇਸ ਸੰਸਥਾ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਇਹ ਇੱਕ ਬੜਾ ਵੱਡਾ ਘਾਟਾ ਸਮਝਦੇ ਆਪਾਂ। ਕਾਂਗਰਸ ਦੇਖੋ, ਜਿਹੜੀ 3 ਤਰੀਕ ਦੀ ਰੈਲੀ ਆ, ਉਹ ਤਾਂ ਪ੍ਰਾਈਮ ਮਿਨਿਸਟਰ ਮੋਦੀ ਜੀ ਆ ਰਹੇ ਨੇ, ਜੋ ਆਪਾਂ ਪੜ੍ਹ ਰਹੇ ਹਾਂ ਪ੍ਰੈਸ ਵਿੱਚ, ਉਹ ਹੈਗੀ ਆ ਲੋਕ ਸਭਾ ਇਲੈਕਸ਼ਨਸ ਨੂੰ ਮੁੱਖ ਰੱਖਦੇ ਹੋਏ। ਉਹਨਾਂ ਨੇ ਗੁਰਦਾਸਪੁਰ ਤੋਂ ਜਿਹੜਾ ਕਹਿ ਲਓ ਪੰਜਾਬ ਦਾ ਆਪਣੇ ਇਲੈਕਸ਼ਨ ਦਾ ਕੰਪੇਨ ਆਰੰਭ ਕਰਨਾ ਜਾਂ ਬਿਗਲ ਵਜਾਉਣਾ ਉਦਣ ਗੁਰਦਾਸਪੁਰ ਦੀ ਧਰਤੀ ਤੋਂ। ਉਹਦੇ ਵਿੱਚ ਠੀਕ ਆ, ਅਸੀਂ ਸਮਝਦੇ ਹਾਂ ਕਿ ਜਦੋਂ ਐਡੀ ਵੱਡੀ ਪ੍ਰਾਪਤੀ ਹੋਈ ਹੈ ਪੰਜਾਬ ਲਈ, ਪੰਜਾਬੀਅਤ ਲਈ ਅਤੇ ਆਪਣੇ ਸਿੱਖ ਜਗਤ ਵਾਸਤੇ, ਤਾਂ ਜ਼ਰੂਰ ਇਹਦਾ ਜ਼ਿਕਰ ਤਾਂ ਹੋਊਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ, ਪਰ ਉਹਦੇ ਵਿੱਚ ਸ਼ਾਮਿਲ ਹੋਣਾ ਨਹੀਂ ਹੋਣਾ ਉਹ ਤਾਂ ਚਲੋ ਦੂਰ ਦੀ ਗੱਲ ਆ। ਅਜੇ ਤੱਕ ਕੋਈ ਸੱਦਾ ਪੱਤਰ ਨਹੀਂ, ਕੋਈ ਸੱਦਾ ਪੱਤਰ ਹਜੇ ਤਾਂ ਦੇਖੋ ਸਿਆਸੀ ਰੈਲੀ ਆ। ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਪੰਥਕ ਮਿਸ਼ਨ ਆ, ਧਾਰਮਿਕ ਇੱਕ ਆਪਣਾ ਸੀਗਾ ਸੰਕਲਪ ਸੀ। ਅਸੀਂ ਦੇਖੋ ਕਈ ਵਾਰੀ ਮਨ ਬਣਾਇਆ ਕਿ ਪ੍ਰਧਾਨ ਮੰਤਰੀ ਮੋਦੀ ਜੀ ਕੋਲ ਜਾਂ ਜਿਹੜੇ ਵੀ ਆਪਣੇ ਉੱਥੇ ਜ਼ਿੰਮੇਵਾਰ ਮੰਤਰੀ ਨੇ, ਚਾਹੇ ਫੋਰਨ ਅਫੇਅਰਸ ਮਿਨਿਸਟਰ ਹੈ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ, ਜਾਂ ਆਪਣੇ ਦੇ ਜਿਹੜੇ ਲੀਡਰ ਨੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ, ਜਾਂ ਆਪਣੇ ਨਰੇਸ਼ ਗੁਜਰਾਲ ਜੀ, ਲੋਕ ਸਭਾ ਦੇ MP ਹੋਰ ਨੇ, ਉਹਨਾਂ ਨੂੰ ਨਾਲ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਸੰਸਥਾ ਵੱਲੋਂ ਇੱਕ ਮੰਗ ਰੱਖੀ ਜਾਵੇ ਕਿ ਇਹ ਜਿਹੜਾ ਉੱਥੇ ਲਾਂਘਾ ਬਣਨਾ ਬਟਾਲਾ ਸਾਹਿਬ ਦੇ ਨਾਂ 'ਤੇ ਉਹ ਜਿਹੜਾ ਰਸਤਾ ਬਣਾਇਆ ਜਾਵੇ। ਜੀ ਲੱਗਦਾ ਕਿ ਮਾਨ ਸਰਕਾਰ ਦੇਖੋ ਇਹ ਤਾਂ ਅਸੀਂ ਤਾਂ ਕੋਸ਼ਿਸ਼ ਤਾਂ ਕਰਾਂਗੇ ਜੀ, ਪਰ ਫਿਰ ਇਹ ਜਿਹੜੀ ਗੱਲ ਸਮਾਜ ਨੇ ਸਵੀਕਾਰ ਲਈ, ਜਿਸ ਗੱਲ ਨੂੰ ਮਾਨਤਾ ਸਮਾਜ ਨੇ ਦਿੱਤੀ ਆ, ਅਤੇ ਸਰਕਾਰ ਨੂੰ ਵੀ ਅਲਟੀਮੇਟਲੀ ਦੇਣੀ ਪੈਣੀ ਹੈ। ਸਵਰਗਵਾਸੀ ਜਹੇਦਾਰ ਕੁਲਦੀਪ ਸਿੰਘ ਜੀ ਬਟਾਲਾ ਜੀ ਨੇ ਪਿਛਲੇ 20 ਸਾਲ ਤੋਂ ਜਿਹੜਾ ਸੰਗਤ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਰਹੇ ਨੇ, ਅਤੇ ਪਰਮਾਤਮਾ ਨੇ, ਮੈਂ ਸਮਝਦਾ ਕਿ ਜਹੇਦਾਰ ਕੁਲਦੀਪ ਸਿੰਘ ਬਟਾਲਾ ਜੀ ਦਾ ਇਸ ਜੋ ਸ਼ਲਾਘਾਯੋਗ ਉਪਰਾਲਾ ਕਰਤਾਰਪੁਰ ਸਾਹਿਬ ਦੇ ਲਾਂਘਾ ਨੂੰ ਖਿਲਾਉਣ ਦੇ ਵਿੱਚ ਜੋ ਅਰਦਾਸਾਂ, ਕਹਿੰਦੇ ਸੰਗਤ ਦੀ ਕੀਤੀ ਅਰਦਾਸ ਕਦੀ ਵਿਰਥਾ ਨਹੀਂ ਜਾਂਦੀ, ਅਤੇ ਉਹਨਾਂ ਦੀਆਂ ਅਰਦਾਸਾਂ ਸਿਰੇ ਚੜ੍ਹੀਆਂ ਨੇ। ਬੇਸ਼ੱਕ ਭਾਵੇਂ ਸੈਂਟਰ ਦੀ ਗੌਰਮੈਂਟ ਹੋਵੇ, ਸਟੇਟ ਦੀ ਗੌਰਮੈਂਟ ਹੋਵੇ, ਪਾਕਿਸਤਾਨ ਦੀ ਗੌਰਮੈਂਟ ਹੋਵੇ, ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਪਰ ਅਸੀਂ ਬਟਾਲਾ ਸ਼ਹਿਰ ਦੇ ਸਾਰੇ ਸਮਾਜ ਸੇਵੀਆਂ ਨੇ, ਇਹ ਜਿਹੜਾ ਸਾਡਾ ਅੱਜ ਦਾ ਸਮਾਗਮ ਆ, ਬਿਨਾਂ ਕਿਸੇ ਰਾਜਨੀਤਿਕ ਪਾਰਟੀ ਦੇ, ਭਾਵੇਂ ਬਟਾਲਾ ਸਾਹਿਬ ਹੋਣ ਜਾਂ ਉਹਨਾਂ ਦੇ ਨਾਲ ਹੋਰ ਸ਼ਖੀਤਾਂ ਜਿਹੜੀਆਂ ਅੱਜ ਇੱਥੇ ਆਈਆਂ ਨੇ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਸਾਡੇ ਲੋਕਾਂ ਦਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ। ਅਸੀਂ ਸਿਰਫ ਉਹਨਾਂ ਨੂੰ ਇੱਕ ਸਾਡੀ ਜਿਹੜੀ ਆ ਅੰਤਰ ਜਿਹੜੀ ਆਵਾਜ਼ ਸੀਗੀ ਕਿ ਜੋ ਬਟਾਲਾ ਜੀ ਨੇ ਐਡਾ ਵੱਡਾ ਜੋ ਸ਼ਲਾਘਾਯੋਗ ਉਪਰਾਲਾ ਉਹਨਾਂ ਦੇ, ਭਾਵੇਂ ਉਹ ਅੱਜ ਸਾਡੇ ਇਸ ਸੰਸਾਰ ਦੇ ਵਿੱਚ ਨਹੀਂ, ਮੈਂ ਸਮਝਦਾ ਕਿ ਭਾਵੇਂ ਉਹ ਸਰੀਰਕ ਤੌਰ 'ਤੇ ਸਾਡੇ 'ਚ ਮੌਜੂਦ ਨਹੀਂ, ਪਰ ਉਹਨਾਂ ਵੱਲੋਂ ਜੋ ਕੀਤੇ ਗਏ ਕਾਰਜ ਨੇ ਉਹ ਸਦਾ ਹੀ ਸਾਡੇ ਵਿੱਚ ਵੱਸਦੇ ਰਹਿਣਗੇ, ਅਤੇ ਸੰਗਤ ਉਹਨਾਂ ਨੂੰ ਦੁਆਵਾਂ ਦਿੰਦੀ ਰਹੇਗੀ। ਇਹ ਅਸੀਂ ਜੋ ਅੱਜ ਫੰਕਸ਼ਨ ਅਰੇਂਜ ਕੀਤਾ ਉਹਨਾਂ ਦੇ ਬੇਟੇ ਜਥੇਦਾਰ ਗੁਰਪ੍ਰਤਾਪ ਸਿੰਘ ਜੀ ਬਟਾਲਾ ਜੀ ਨੂੰ ਅਤੇ ਸਮੁੱਚੀ ਸੰਗਤ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਜਾਂਦੇ ਰਹੇ, ਉਹਨਾਂ ਨੂੰ ਸਨਮਾਨ ਕਰਨ ਵਾਸਤੇ ਅਸੀਂ ਇਹ ਜਿਹੜਾ ਅੱਜ ਪ੍ਰੋਗਰਾਮ ਉਲੀਕਿਆ ਸੀ। ਸਰਕਾਰ ਨੇ ਕੀ ਕੀਤਾ ਜਾਂ ਸਰਕਾਰ ਨੇ ਨਹੀਂ ਕੀਤਾ ਉਹ ਇੱਕ ਅਲੱਗ ਮੈਟਰ ਆ,
ਅਸੀਂ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹਾਂ। ਅੱਜ ਇਸ ਇਹਨਾਂ ਨੂੰ ਜਿਹੜਾ ਉਹ ਸਨਮਾਨਿਤ ਕਰਨ ਦਾ ਇੱਕ ਜੋ ਪ੍ਰੋਗਰਾਮ ਉਲੀਕਿਆ ਸੀ ਉਹਨੂੰ ਅੱਜ ਅਸੀਂ ਸਿਰੇ ਚਾੜਿਆ।